ਮੈਨੂੰ ਲੱਗਦਾ ਕਿ ਜਿਹੜੀ ਉਹ ਸ਼ਬਦਾਵਲੀ ਯੂਜ਼ ਕਰ ਰਿਹਾ, ਮੈਂ ਕੱਲ੍ਹ ਵੀ ਇੱਕ ਚੈਨਲ 'ਤੇ ਕਿਹਾ ਸੀ ਕਿ ਉਹ ਦੱਸਦਾ ਕਿ ਉਹ ਕਿੰਨੀ ਕਿਉਂ ਐਜੂਕੇਸ਼ਨ ਦੇ ਔਰ ਕਿੰਨੀ ਕਿਉਂ ਹਲੀਮੀ ਦੇ ਮਾਲਕ ਨੇ, ਔਰ ਜਿਹੜੀ ਚੀਜ਼ ਉਹ ਮੇਰੇ 'ਤੇ ਲਾਗੂ ਕਰਦੇ ਆ ਸੇਮ ਉਸੀ ਕੈਟਾਗਰੀ ਦੇ ਵਿੱਚ ਸਾਡੇ ਭੈਣ ਜੀ ਵੀ ਸਨ। ਉਹ ਡਿਪਟੀ ਚੇਅਰਮੈਨ ਸਨ, ਮੈਂ ਚੇਅਰਮੈਨ ਸੀ। ਮੈਂ ਕੱਲ੍ਹ ਵੀ ਕਿਹਾ ਸੀ ਕਿ ਗੱਡੀ ਚਲਾਉਣ ਵਾਸਤੇ 4 ਗੇਅਰ ਹੁੰਦੇ, ਕਿਹੜਾ ਗੇਅਰ ਕਿੱਥੇ ਪੈਂਦਾ ਉਹਦੀ ਇੱਕ ਵਿਧੀ ਹੈ। ਉੱਦਾਂ ਹੀ ਅਗਰ ਚੇਅਰਮੈਨ ਬਣਨ ਦੀ ਵਿਧੀ ਇਹੀ ਹੈ ਤਾਂ ਫਿਰ ਉਹਨਾਂ ਨੂੰ ਜ਼ਿਆਦਾ ਪਤਾ ਕਿ ਕੋਈ ਜਿੱਦਾਂ ਉਹਨਾਂ ਨੇ ਲਈ ਆ ਉਹ ਤਾਂਹੀਓ ਉਸ ਗੱਲ ਨੂੰ ਕਹਿ ਰਹੇ ਨੇ। ਸਰਦਾਰ ਸੁਖਬੀਰ ਸਿੰਘ ਬਾਦਲ ਜਦ ਮੇਰੀ ਮੀਟਿੰਗ ਹੋਈ ਚੰਡੀਗੜ੍ਹ, ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਕਿ ਜੀ ਮੁੱਢਲੀ ਮੈਂਬਰਸ਼ਿਪ ਤੋਂ ਜਿੱਥੋਂ ਅਸੀਂ ਕੌਂਸਲਰ ਬਣੇ, ਕੌਂਸਲਰ ਅਸੀਂ ਬੀਜੇਪੀ ਦੀ ਟਿਕਟ 'ਤੇ ਸਿੰਬਲ ਤੋਂ ਲੜੇ ਹਾਂ, ਅਸੀਂ ਸਿੰਬਲ ਤੋਂ ਅਸਤੀਫਾ ਦੇਈਏ, ਬਾਈ ਇਲੈਕਸ਼ਨ ਹੋਏਗੀ ਦੇਖੀ ਜਾਏਗੀ। ਔਰ ਜੇ ਉਹ ਕਹਿੰਦੇ ਨੇ ਵੀ ਇਹਦੀ ਉਹ ਪਾਲਿਸੀ ਨਹੀਂ ਹੈਗੀ, ਵੀ ਇਹ ਨਹੀਂ ਹੈ, ਅਸੀਂ ਤਾਂ ਆਪਣੇ ਵੱਲੋਂ ਦੇਈਏ ਨਾ। ਹੋਰ ਵੀ ਚੇਅਰਮੈਨ ਨੇ ਮੇਰੇ ਨਾਲ, ਸਿਰਫ ਕਾਰਵਾਈ ਮੇਰੇ 'ਤੇ ਹੋਈ ਹੈ ਕਿਉਂਕਿ ਅੰਦਰੋਂ ਇਹਨਾਂ ਨੂੰ ਲਾਗਤਬਾਜ਼ੀ ਸੀ ਮੇਰੇ ਨਾਲ, ਇਹਨਾਂ ਨੂੰ ਪਤਾ ਸੀ ਕਿ ਸੰਗਤ ਦੇ ਚਿਹਰਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕਿੱਥੇ ਸਾਡੇ ਜਿਹੜੇ ਗਲਤ ਕੰਮ ਨੇ ਉਹ ਸਾਡੇ ਨਾਲ ਖੜਾ ਨਹੀਂ ਹੋਏਗਾ, ਇਸ ਕਰਕੇ ਮੈਨੂੰ ਡੈਮੇਜ ਕੀਤਾ ਗਿਆ। ਕਿਸਾਨ ਜਥੇਬੰਦੀ ਦੇ ਸੰਘਰਸ਼ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਹੋਏ, ਕਾਂਗਰਸ ਪਾਰਟੀ ਹੋਏ ਜਾਂ ਹੋਰ ਰਾਜਨੀਤਿਕ ਪਾਰਟੀਆਂ ਹੋਣ, ਸਿਆਸਤ ਕਰ ਰਹੀਆਂ ਨੇ, ਇਹ ਸਾਫ਼ ਚਿਹਰਾ ਜਿਹੜਾ ਸਾਹਮਣੇ ਆ। ਪਰ ਦਿੱਲੀ ਦੀ ਜੇਕਰ ਗੱਲ ਕਰੀਏ, ਦਿੱਲੀ ਇਕਾਈ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਜਿਹੜੇ ਨੇ ਉਹ ਆਪਣੇ ਹੀ ਨੁਮਾਇੰਦੇ ਦੇ ਉੱਤੇ ਜਿਹੜੇ ਅੱਜ ਸਵਾਲ ਖੜੇ ਕਰ ਰਹੇ ਨੇ, ਕਿਉਂਕਿ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਸਾਡੇ ਜਿਹੜੇ ਨੁਮਾਇੰਦੇ ਨੇ ਅਕਾਲੀ ਦਲ ਦੇ ਉਹ ਬੀਜੇਪੀ ਦਾ ਸਾਥ ਦੇ ਰਹੇ ਨੇ, ਅਸੀਂ ਬੀਜੇਪੀ ਦੇ ਨਾਲ ਭਾਈਵਾਲ ਜਿਹੜੀ ਆ ਖਤਮ ਕਰ ਚੁੱਕੇ ਹਾਂ, ਸਾਡੀ ਕੋਈ ਸਾਂਝ ਨਹੀਂ ਹੈ, ਆਪਣੇ ਨੁਮਾਇੰਦੇ ਦੇ ਉੱਤੇ ਸਵਾਲ ਚੱਕ ਰਹੇ ਨੇ। ਗੱਲਬਾਤ ਕਰਨ ਨਾਲ ਸਾਡੇ ਨਾਲ ਸਰਦਾਰ ਪਰਮਜੀਤ ਸਿੰਘ ਰਾਣਾ ਜੀ ਮੌਜੂਦ ਨੇ, ਜਿਨ੍ਹਾਂ ਨੇ ਕਾਫ਼ੀ ਲੰਬੇ ਸਮੇਂ ਦੇ ਧਰਮ ਪ੍ਰਚਾਰ ਦੇ ਵਿੱਚ ਵੀ ਸੇਵਾ ਦਿੱਤੀ ਹੈ, ਕਾਊਂਸਲਰ ਵੀ ਨੇ ਔਰ ਵਿਸ਼ੇਸ਼ ਕਾਨੂੰਨ ਦੇ ਵਿੱਚ ਚੇਅਰਮੈਨ ਵੀ ਹੈਗੇ ਨੇ, ਉਹਨਾਂ ਨਾਲ ਗੱਲਬਾਤ ਕਰ ਰਹੇ ਨੇ। ਸਰ, ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਜਿਹੜੇ ਹਰਮੀਤ ਸਿੰਘ ਕਾਲਕਾ ਲਗਾਤਾਰ ਸਵਾਲ ਖੜੇ ਕਰ ਰਹੇ ਨੇ, ਅੱਜ ਤੁਹਾਡੀ ਛਵੀ ਜਿਹੜੀ ਆ ਖਰਾਬ ਕਰ ਰਹੇ ਨੇ ਕਿ ਤੁਸੀਂ ਬੀਜੇਪੀ ਦੇ ਤਲਵੇ ਚੜ੍ਹਦੇ ਹੋ ਜਾਂ ਗੱਲਾਂ ਕਰ ਰਹੇ ਨੇ ਕਿ ਤੁਸੀਂ ਬੀਜੇਪੀ ਦੇ ਬੈਠ ਗਏ ਹੋ ਪਾਲੇ ਦੇ ਵਿੱਚ, ਅਕਾਲੀ ਦਲ ਦਾ ਸਾਥ ਨਹੀਂ ਦਿੱਤਾ। ਮੈਨੂੰ ਲੱਗਦਾ ਕਿ ਜਿਹੜੀ ਉਹ ਸ਼ਬਦਾਵਲੀ ਯੂਜ਼ ਕਰ ਰਿਹਾ, ਮੈਂ ਕੱਲ੍ਹ ਵੀ ਇੱਕ ਚੈਨਲ 'ਤੇ ਕਿਹਾ ਸੀ ਕਿ ਉਹ ਦੱਸਦਾ ਕਿ ਉਹ ਕਿੰਨੀ ਕਿਉਂ ਐਜੂਕੇਸ਼ਨ ਦੇ ਔਰ ਕਿੰਨੀ ਕਿਉਂ ਹਲੀਮੀ ਦੇ ਮਾਲਕ ਨੇ, ਔਰ ਜਿਹੜੀ ਚੀਜ਼ ਉਹ ਮੇਰੇ 'ਤੇ ਲਾਗੂ ਕਰਦੇ ਆ ਸੇਮ ਉਸੀ ਕੈਟਾਗਰੀ ਦੇ ਵਿੱਚ ਸਾਡੇ ਭੈਣ ਜੀ ਵੀ ਸਨ। ਉਹ ਡਿਪਟੀ ਚੇਅਰਮੈਨ ਸਨ, ਮੈਂ ਚੇਅਰਮੈਨ ਸੀ। ਮੈਂ ਕੱਲ੍ਹ ਵੀ ਕਿਹਾ ਸੀ ਕਿ ਗੱਡੀ ਚਲਾਉਣ ਵਾਸਤੇ 4 ਗੇਅਰ ਹੁੰਦੇ, ਕਿਹੜਾ ਗੇਅਰ ਕਿੱਥੇ ਪੈਂਦਾ ਉਹਦੀ ਇੱਕ ਵਿਧੀ ਹੈ। ਉੱਦਾਂ ਹੀ ਅਗਰ ਚੇਅਰਮੈਨ ਬਣਨ ਦੀ ਵਿਧੀ ਇਹੀ ਹੈ ਤਾਂ ਫਿਰ ਉਹਨਾਂ ਨੂੰ ਜ਼ਿਆਦਾ ਪਤਾ ਕਿ ਕੋਈ ਜਿੱਦਾਂ ਉਹਨਾਂ ਨੇ ਲਈ ਹੈ ਉਹ ਤਾਂਹੀਓ ਉਸ ਗੱਲ ਨੂੰ ਕਹਿ ਰਹੇ ਨੇ। ਅਤੇ ਉਹ ਕਹਿ ਰਹੇ ਨੇ ਕਿ ਅਸੀਂ ਭਾਈਵਾਲੀ ਜਦੀ ਹੈ ਛੱਡ ਦਿੱਤੀ ਹੈ, ਅਤੇ ਫਿਰ ਕਿਉਂ ਇੱਕ ਸੀਟਾਂ ਦੇ ਲਾਲਚ ਪਿੱਛੇ ਜਾਂ ਰਾਜਨੀਤੀ ਚਮਕਾਉਣ ਵਾਸਤੇ ਤੁਸੀਂ ਇਸ ਤਰ੍ਹਾਂ ਦੇ ਕੰਮ ਕਰ ਰਹੇ ਹੋ? ਦੇਖੋ, ਮੈਂ ਉਹਨਾਂ ਨੂੰ ਕਿਹਾ ਸੀ ਕਿ ਮੈਂ ਪਾਰਟੀ ਨਾਲ ਖੜਾ, ਔਰ ਮੈਂ ਇਸੇ ਲਈ ਸਰਦਾਰ ਸੁਖਬੀਰ ਸਿੰਘ ਬਾਦਲ ਜਦ ਮੇਰੀ ਮੀਟਿੰਗ ਹੋਈ ਚੰਡੀਗੜ੍ਹ, ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਸੀ ਕਿ ਜੀ ਮੁੱਢਲੀ ਮੈਂਬਰਸ਼ਿਪ ਤੋਂ ਜਿੱਥੋਂ ਅਸੀਂ ਕੌਂਸਲਰ ਬਣੇ ਹਾਂ, ਕੌਂਸਲਰ ਅਸੀਂ ਬੀਜੇਪੀ ਦੀ ਟਿਕਟ 'ਤੇ ਸਿੰਬਲ ਤੋਂ ਲੜੇ ਹਾਂ, ਅਸੀਂ ਸਿੰਬਲ ਤੋਂ ਅਸਤੀਫਾ ਦੇਈਏ, ਬਾਈ ਇਲੈਕਸ਼ਨ ਹੋਏਗੀ ਦੇਖੀ ਜਾਏਗੀ। ਔਰ ਜੇ ਉਹ ਕਹਿੰਦੇ ਨੇ ਵੀ ਇਹਦੀ ਉਹ ਪਾਲਿਸੀ ਨਹੀਂ ਹੈ, ਅਸੀਂ ਤਾਂ ਆਪਣੇ ਵੱਲੋਂ ਦੇਈਏ ਨਾ, ਫਿਰ ਦੇਖਦੇ। ਪਰ ਇਹਨਾਂ ਨੇ ਸਿਰਫ ਚੇਅਰਮੈਨੀਆਂ ਨੂੰ ਮੁੱਖ ਰੱਖਿਆ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਡਿਪਟੀ ਚੇਅਰਮੈਨ ਦੀ ਪਾਵਰ ਜਿਹੜੀ ਉਹ ਜ਼ੀਰੋ ਹੈ, ਅਤੇ ਇਸ ਕਰਕੇ ਬਹਾਨਾ ਲਾ ਰਹੇ ਸੀ ਕਿੱਦਾਂ ਉੱਥੋਂ ਬਾਹਰ ਜਾਈਏ, ਅਤੇ ਬਾਕੀਆਂ ਨੂੰ ਅੱਛਾ ਇਹਦੇ ਵਿੱਚ ਮਲੇਰੀਆ ਕਮੇਟੀ ਹੈ, ਇਹਦੇ ਵਿੱਚ ਡੈਮਸ ਕਮੇਟੀ ਹੈ, ਇਹਦੇ ਵਿੱਚ ਹੈਲਥ ਕਮੇਟੀਆਂ ਨੇ, ਉਹਦੇ ਵਿੱਚ ਵੀ ਸਾਰੇ ਮੈਂਬਰ ਹੈਗੇ ਹਾਂ, ਆਪਾਂ ਜਿੰਨੇ ਵੀ ਅਸੀਂ ਕੌਂਸਲਰ ਹਾਂ ਸਾਰੇ ਮੈਂਬਰ ਹਾਂ। ਹੋਰ ਵੀ ਚੇਅਰਮੈਨ ਨੇ ਮੇਰੇ ਨਾਲ, ਸਿਰਫ ਕਾਰਵਾਈ ਮੇਰੇ 'ਤੇ ਹੋਈ ਹੈ ਕਿਉਂਕਿ ਅੰਦਰੋਂ ਇਹਨਾਂ ਨੂੰ ਲਾਗਤਬਾਜ਼ੀ ਸੀ ਮੇਰੇ ਨਾਲ, ਇਹਨਾਂ ਨੂੰ ਪਤਾ ਸੀ ਕਿ ਸੰਗਤ ਦੇ ਚਿਹਰਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਕਿੱਥੇ ਸਾਡੇ ਜਿਹੜੇ ਗਲਤ ਕੰਮ ਨੇ ਉਹ ਸਾਡੇ ਨਾਲ ਖੜਾ ਨਹੀਂ ਹੋਏਗਾ, ਇਸ ਕਰਕੇ ਮੈਨੂੰ ਡੈਮੇਜ ਕੀਤਾ ਗਿਆ। ਔਰ ਇਕੱਲਾ ਮੇਰੇ 'ਤੇ ਕਾਰਵਾਈ ਹੋਈ ਹੈ, ਹੋਰ 3 ਕੌਂਸਲਰ 'ਤੇ ਕੋਈ ਕਾਰਵਾਈ ਨਹੀਂ ਹੋਈ, ਸਿਰਫ ਕਾਰਵਾਈ ਮੇਰੇ 'ਤੇ ਹੋਈ ਹੈ। ਔਰ ਉਹ ਹਰ ਕਮੇਟੀ 'ਚ ਮੈਂਬਰ ਨੇ, ਤੁਸੀਂ ਜਾ ਕੰਮ ਕਰਿਓ, ਮੈਂ ਤੁਹਾਨੂੰ ਬੇਨਤੀ ਕਰਾਂਗਾ, ਤੁਸੀਂ ਕੱਲ੍ਹ ਸਾਊਥ MCD ਦੇ ਮੇਅਰ ਕੋਲ ਔਰ ਸਟੈਂਡਿੰਗ ਕਮੇਟੀ ਚੇਅਰਮੈਨ ਕੋਲ ਜਾ ਕੇ ਪੁੱਛਿਓ ਵੀ ਇਹਨਾਂ ਦੇ ਇਸਤੀਫੇ, ਕਿਉਂਕਿ ਮੈਂ ਤੁਹਾਨੂੰ ਦੱਸਾਂ 1 ਦਸੰਬਰ ਦੀ ਇੰਗਲਿਸ਼ ਦੀ ਅਖਬਾਰ ਹੈਗੀ, ਮੈਂ ਤੁਹਾਨੂੰ ਕਟਿੰਗ ਦੇ ਦਾਂਗਾ, ਤੁਹਾਨੂੰ ਚਾਹੀਦੀ ਹੈ ਤਾਂ। ਉਹਦੇ ਵਿੱਚ ਉਹਨੇ ਮੈਂਸ਼ਨ ਕੀਤਾ ਕਿ 1 ਦਸੰਬਰ ਤੱਕ ਉਹਨਾਂ ਕੋਲ ਕੋਈ ਇਸਤੀਫੇ ਰਿਸੀਵ ਨਹੀਂ ਹੋਏ, ਕੋਈ ਈਮੇਲ ਰਿਸੀਵ ਨਹੀਂ ਹੋਈ, ਕੋਈ ਕੁਛ ਇਨਫੋਰਮੇਸ਼ਨ ਨਹੀਂ ਹੈਗੀ। ਤੁਸੀਂ ਆਪਣੇ ਘਰ ਬਹਿ ਕੇ ਇਸਤੀਫੇ ਦੇ ਦਿੱਤੇ, ਅਤੇ ਉਹਦਾ ਤਾਂ ਫਿਰ ਤੋਂ ਹੀ ਹੈ ਕਿ ਮੈਂ ਵੀ ਆਪਣੇ ਘਰ ਬਹਿ ਕੇ ਦੇ ਦਿੰਦਾ, ਫਿਰ ਉਹ ਅਸੂਲਨ ਗੱਲ ਤਾਂ ਨਹੀਂ ਹੈ ਨਾ। ਤੋ ਜੋ ਇੱਕ ਸਿਸਟਮ ਹੈ ਉਸ ਸਿਸਟਮ ਦੇ ਥਰੂ ਨਹੀਂ ਚੱਲੇ, ਔਰ ਅੱਜ ਵੀ ਉੱਥੇ ਇਹਨਾਂ ਦੇ ਸਾਰੇ ਜਿਹੜੇ ਕੌਂਸਲਰ ਨੇ ਉਹ ਪੂਰੇ ਭਾਈਵਾਲ ਨੇ BJP ਦਾ। ਤੁਸੀਂ ਕਹਿ ਰਹੇ ਹੋ ਮੇਰੇ ਨਾਲ ਪਰਸਨਲ ਖੁੰਦਕ ਜਿਹੜੀ ਕੱਢੀ ਗਈ, ਕੀ ਕਿੰਨਾ ਕਾਰਨਾਂ ਕਰਕੇ ਕੱਢੀ ਗਈ, ਜਾਂ ਕੋਈ ਤੁਹਾਨੂੰ ਕਿਸ ਤਰੀਕੇ ਦੇ ਕੰਮ ਕਰਨ ਨੂੰ ਕਹੇ ਗਏ ਸੀ, ਜਾਂ ਕਿਸ ਤਰੀਕੇ ਦਾ ਜਿਹੜਾ ਇਹ ਗੁੱਸਾ ਦਿਖਾਇਆ ਜਾ ਰਿਹਾ ਪਾਰਟੀ ਵੱਲੋਂ? ਇੱਕੋ ਗੱਲ ਸਾਰਿਆਂ ਨੂੰ ਪਤਾ ਕਿ ਮੈਂ ਸਰਦਾਰ ਮਨਜੀਤ ਸਿੰਘ ਦਾ ਨਜ਼ਦੀਕੀ ਸੀ, ਜਿਸ ਲਈ ਉਹਨਾਂ ਨੂੰ ਪਾਰਟੀ 'ਚੋਂ ਬਾਹਰ ਕੱਢਿਆ ਗਿਆ। ਮੇਰੇ 'ਤੇ ਬੜਾ ਪ੍ਰੈਸ਼ਰ ਸੀ ਕਿ ਉਹਨਾਂ ਦੇ ਖਿਲਾਫ਼ ਬਿਆਨ ਦੇਈਏ, ਮੇਰੀ ਇੱਕੋ ਸ਼ਰਤ ਸੀ ਕਿ ਜਦ ਤੱਕ ਉਹਨਾਂ 'ਤੇ ਕੋਰਟ ਦੇ ਵਿੱਚ ਉਹ ਸਾਬਿਤ ਨਹੀਂ ਹੁੰਦਾ, ਕਿਉਂਕਿ ਉਹਨਾਂ ਦੀ ਕਲੋਜ਼ਰ ਰਿਪੋਰਟ ਵੀ ਆ ਚੁੱਕੀ ਸੀ, ਉਸ ਤੋਂ ਬਾਅਦ ਦੁਬਾਰਾ ਅਪੀਲ ਪਾਈ ਗਈ ਹੈ। ਜਿਸ ਬੰਦੇ ਕੋਲੋਂ ਉਹਨਾਂ ਨੇ ਪੁਆਈ ਸੀ ਕੰਪ
सो यहो जे कई मसले सन जिहड़े मैं लगातार अंदर आवाज़ चुक रहा सी और जिहड़ी करप्शन के खिलाफ आवाज़ चुक रहा सी उन्होंने प्रॉब्लम सी भी ये गल्लां बाहर निकल गई तो मुश्किल होएगी और मैं हमेशा इन्हों यही आगाह करता सी कि गुरु घर का पैसा गुरु घर की गोल है कि जरूर ध्यान रखो। मैं तुहाडे चैनल नाल यह भी कहना चाहुंदा कि जे कोई मेरे ते इल्ज़ाम लाने की गल करता मैं ओपन डिबेट भी तैयार हाँ जिते मर्जी आ जाए मैं बैठ कर तैयार हाँ। मैं तुसीं जे अज कह रहे हो कि उन्होंने हमेशा समझाते रहे हो मतलब कि गुरु घर के पैसे की दुरवरतों हुई है मतलब कि कितना कितने श्रोमणी अकाली दल साफ मनी है जिस तरह असं श्रोमणी कमेटी की गल करते हैं तो इतने भी करप्शन के जो है पूरा बादल का जो इनवॉल्व है। देखो मैं नहीं कहता गुरमीत सिंह शंटी जी ने उन्होंने एक लैटर लिखी इन्हों कि 13,65,000 रुपया या 13 अमाउंट है वो तुम एग्जैक्टिव पास करता वह मैं दसो वेरवा दौ सारा कुछ दौ क्यों नहीं दिता उन्होंने ये वो गल्लां ने जिहड़ियां हर एक दे पकड़ हर गल नहीं आ सकती उन्होंने को आ गई उन्होंने पूछ लिया मनजीत सिंह का टॉपिक इत्थे अलग हो गया जिहड़ी प्रेजेंट कमेटी उन्हें क्यों नहीं जवाब दिता सरदार हरमनजीत सिंह लगातार एग्जैक्टिव के मिनट्स मांग रहे हैं क्यों नहीं दिते आपां वेट की है कि एक बार अंदर गल मुक जाए पर नहीं मुकी इस करके सानू ये फैसले लेने पे और मेरी तो कमिटमेंट थी सरदार सुखबीर सिंह बादल नाल क्योंकि मैंने दो बारी उन्होंने बुला के पूछा भी ये तेनों शक नाल वेखदे ने भी तू मनजीत सिंह नाल चला जाएगा पार्टी छड़ के तो मैं एक गल कही सी मैं कहा सरदार सुखबीर सिंह बादल जी मेरा तुहाडे नाल एक प्यार बनया होया और मैं वो प्यार कदी नहीं तोड़ांगा टुटेगा तो तुहाडे वल्लों टुटेगा तो उन्होंने अज तोड़िया इन्होंने कन्न भरे या जो भी होया उन्होंने तोड़िया पर मैं कोई अपील तो नहीं कर रहा मैं कोई उन्होंने बेनती तो नहीं कर रहा कि मैंने क्यों कढ़िया मैं वेलकम कर रहा इन्होंने फैसले को क्योंकि मैं चाहता सी कि इन्होंने वालों पहल हो और हुण जो भी सच ने तथ्य ने वो मैं संगत अगे रखा मैं अपने वालों कुछ नहीं कहना जेड़े जेड़े सवाल सरदार हरमीत सिंह कालका मैं करेंगे मैं उस सारे सवाल का जवाब दाँगा जो 1-to-1 बह के करना चाहते मैं उस भी तैयार हाँ मैंने कोई दिक्कत नहीं है। पर तुम कह रहे हो निजी तौर पर जो सुखबीर सिंह बादल ने गलबात हुई है तो उन्होंने अपनी राय की सी इस करप्शन के मामले में लेकर वो हर बारी कहते मैं दिल्ली आवागा इंक्वायरी करावगा मैं आके तुम सबू बिठावगा मैं हित साहब भी इस गल की जानकारी दिती हित साहब ने मैंने कहा कि मैं कई गल्ला पता ही नहीं है और जिस वेले हित साहब न कोई भी गल करिए तो एको गल कहते मैं सुखबीर गल कराँगा पर जब सुखबीर ना लोग गल करते फिर सुखबीर कहते मैं दिल्ली आवागा फिर असी गल तो मुझे लगता सर सुखबीर सिंह बादल जड़े ने वो एक वड्डी राजनीति वेखते हैं पर दिल्ली कितने ना कितने अनगौली हो रही थी जिस पिछे ये माहौल बनया। पर हुण की मन्निया जाए सियासत जिहड़ी है राजनीति भारू होंदी जा रही है सिख सियासत के उत्ते भी दिल्ली सिख गुरुद्वारा प्रबंधक कमेटी के उत्ते भी तो करप्शन के चार्ज जिहड़े आ पर कालका जी कहिंदे ने साडा तो लॉकडाउन दे विच असीं इन्नी सेवा कीती है साडे कोल संगत जिहड़ी है हिसाब लै सकदी है पर इस तरीके दे उत्ते जिस नाल तुसीं गल्लां कर रहे हो आम संगत कहिंदे ने कि आके जदों मर्जी साडे रजिस्टर चैक कर सकदी है अकाउंट चैक कर जब अपने मैंबर नूं ही नहीं तुसीं दिखा रहे तो फिर संगत दी ते गल बड़ी दूर दी रहेगी। मैं तुहानूं इह कह रहिणा कि इन्होंने सेवा की कि गुरु ने तो कराई है पहली गल तो है ये जी मैं ना यही इन्होंने मार लैगी दूजी गल कंगला साहब जी स्टेज तो पैसे मंगे ने यह गुरुद्वारा कमेटी दफ्तर बह के पैसे मंगते पता लग जाता किन्ने पैसे आते लोगों को इन्होंने बंगला साहब गुरु हरकृष्ण साहब का स्थान यूज़ किया उतों बह के आवाजा मारियाँ ये दफ्तर की कमेटी बह के अनाउंसमेंट करता कि दिल्ली गुरुद्वारा कमेटी बेनती करती है सूँ कि सानू फंड दो तो फिर मैं देखता किन्ने चैक आए हैं। सो एक गुरु के नाल आस्था जुड़ी होती है तो देखिए पिछले दिन ही किसानों की उस मोर्चे के दिल्ली कमेटी के बैनर थले लंगर लैन तो वापस करता अकाली दल ना तो लंगर लैन तो वापस करता फिर हूँ की लिखा गुरुद्वारा बंगला साहब का लंगर गुरु घर में कोई मना नहीं कर सकता चाहे किसी भी धड़े से हो। सो ये गल्लां दी बड़ी टैक्निकल गल्लां ने मैं तुहानूं ये दसा कि ये हर स्टैप के उत्ते फेल हो रहे हैं और एक जिहड़ी ईगो इन्हां च हैगी आ ओह ईगो हुण संगत ही जवाब देगी क्योंकि साडा तो असीं बड़ा जोर लाया अंदर आवाज़ चुकी और बाहर भी हुण बाहर आ के चुकांगे बट मैं चाहुंदा भी इह संगत ही इहदा जवाब देगी। सर एक मेरा सवाल यह भी है असीं निजी चैनल के उत्ते थोड़ा बयान देख रहे तुसीं कहा सी कुछ गलत फैसले जिहड़े आ पार्टी ने लए ने तुसीं उहनां दे विच तुहाडा सहयोग रिहा किस तरह के फैसले सी तुसीं देखो हुण सरदार हरिंदरपाल सिंह दे दफ्तर जाके उत्थे कुटमार हुंदी उहनां नाल उस तो बाद वही बंदे पार्टी ज्वाइन करते हैं असी कोर कमेटी के मैंबर हाँ साडे नाल सलाह नहीं की जाती उस तो बाद सरदार हरिंदरपाल सिंह सीनियर लीडर नाल की हथकरा होया कोई गल सी साडे कोल अकाल तख्त है साडे कोल एक अपनी मेजोरिटी है साडे कोल पार्टी प्रधान है कुछ सिस्टम तो है ना पर असी तो सिस्टम तो बाहर जा रहे हैं कई बंदे ऐसे लियाए जिहड़े हुण छड़ के चले गए पार्टी नूं तो साडे नाल सलाह तो करते भी ऐसे लैके आ रहे हैं अपनियां मनमर्जियां जिहड़ा साडी जय जयकार करे वो साडे नाल जिहड़ा सानूं सवाल कर ले वो बाहर बस सीधी गल है दो टुक फार्मूला। हुण हरमीत सिंह कालका दा की रुख देखदे हो कि परसनल ईगो करके इस तरह के फैसले ले रहे हैं क्योंकि पहला प्रेस कॉन्फ्रेंस करके सारे चिताया गया कि तुसी बीजेपी के अहुदे तो अस्तीफा दे दो
तो हूँ एकदम लैटर कट देना कि तुम सब कट दिता जाता है अकाली दल। यही गल तुम कह रहा कि उन्होंने पुछो कि जेडे मैं सवाल कर रहे हैं मैं जवाब दे रहा हाले मैं अपने वालों कोई गल नहीं कर रहा। सो मैं चाहना कि जिन्हें भी उन्होंने सवाल ने मैं उन्होंने जवाब देव और जवाबों तो बाद ही मैं कोई फैसला लेना। तो राणा जी असं गल कर रहे तुम भी काउंसलर हो और विशेष कानून के चेयरमैन भी हो तो बाकी भी होर काउंसलर राजा इकबाल सिंह की भी जेकर गल करिए असी तो उन्होंने भी किहड़ा हले इस्तीफा दिता है कमेटिया का। मैं लगता कि इहदा सवाल का जवाब तुम हरमीत सिंह कालके कर लवो क्योंकि जेडे जेडे ने नहीं दिता या दिता वह जवाब उ देंगे क्योंकि हूँ इस वे दिल्ली के प्रधान ने तो उन्होंने को जवाब लेना चाहिए। नहीं फिर थोड़े ना ही क्यों परसनली भी गल उ दसनगे भी कला मेरे से कार्रवाई क्यों की उन्होंने बाकियों के नाल क्यों नहीं की जवाब सिर्फ उही दे सकते ने मैं नहीं दे सकता। सो विशेष गलबात साढ़े नाल सरदार परमजीत सिंह राणा जी कर रहे थे दिल्ली सिख गुरुद्वारा प्रबंधक कमेटी के प्रबंध के उत्ते लगातार सवाल खड़े होने शुरू हो गए ने और राणा परमजीत सिंह जिहड़े ने काउंसलर भी ने बीजेपी के क्योंकि अकाली दल जिहड़ा है साफ स्टैंड लै रही थी किसानों का कि असी किसानों के नाल खड़े हाँ बीजेपी के नाल भाईवाल साडी खत्म हो चुकी है बीजेपी नाल जिहड़ा भी सांझ रखेगा अकाली दल का नुमाइंदा जिहड़ा नहीं रहेगा। लेकिन कितने कितने होर काउंसलर भी जिहड़े ने उन्होंने हले इस्तीफा नहीं दिता लेकिन एकदम श्रोमणी अकाली दल के दिल्ली इकाई के प्रधान जिहड़े हरमीत सिंह कालका ने फैसला लिया कि न अकाली दल के नुमाइंदे पार्टी के जोड़ा है अकाली दल चो इन्हों क्या जाता है जिन्हें जोड़े जिन्हें बीजेपी का साथ दिता चाहे राणा परमजीत सिंह कुलवंत सिंह बाठ होर मैंबर जिन्हें भी जोड़े ने बीजेपी जुड़े हुए हैं उन्होंने अकाली दल पार्टी के सेवा मुक्त किया जाता है और कितना कितने राणा परमजीत सिंह ने जोड़े प्रबंध उत्ते भी साफ सवाल जोड़े आ उठाए हैं कि दिल्ली सिख गुरुद्वारा प्रबंधक कमेटी का प्रबंध जोड़ा है वो लगातार करप्शन के चार्जिज लगते जा रहे हैं कुछ माड़े प्रबंध हुए ने फैसले ले गए हैं जिसका खामियाजा जोड़ा आने वाले समय के दिल्ली सिख गुरुद्वारा प्रबंधक कमेटी की चोणा जो हो कमेटी को भुगतना पै सकता है। कैमरा परसन करणजीत सिंह के नाल दविंदर सिंह D5 चैनल पंजाबी दिल्ली। D5 चैनल पंजाबी हुणे सबसक्राइब करो बैल आइकन पर क्लिक करो।